ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕਤਲ ਦੀਆਂ ਵਾਰਦਾਤਾਂ ਦਾ ਗ੍ਰਾਫ ਕਾਫੀ ਵੱਧ ਗਿਆ ਹੈ ਅਤੇ ਆਏ ਦਿਨ ਸੂਬੇ ਵਿੱਚ ਕਿਤੇ ਨਾ ਕਿਤੇ ਕਤਲ ਹੋਣ ਦੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਹਿਤਪੁਰ ਦੇ ਪਿੰਡ ਤੰਦਾਹੁਰਾ 'ਚ, ਜਿੱਥੇ ਘਰ ਦੇ ਬਾਹਰ ਖੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਨਾਨੂ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਨੇ ਮ੍ਰਿਤਕ ਦੇ ਘਰ ਦਾ ਪਤਾ ਪੁੱਛਿਆ ਤੇ ਘਰ ਦੇ ਬਾਹਰ ਆਏ ਜਰਨੈਲ ਦੇ ਗੋਲੀ ਮਾਰ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਵੀ ਸੀ। ਗੱਲਬਾਤ ਇਹ ਹੋਈ ਹੈ, ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਪੌਣੇ ਕੁ ਤਿੰਨ ਵਜੇ ਦੇ ਪੌਣੇ ਕੁ ਚਾਰ ਦੇ ਟਾਈਮ ਅਤੇ ਆਣ ਕੇ ਉਹਨੂੰ ਪੁੱਛਿਆ ਨਾਨੂ ਕਾ ਘਰ ਇਹੀ ਆ ਕਿ ਇਹੀ ਆ। ਮੁੜ ਕੇ ਉਹਦੀ ਮਾਤਾ ਨੂੰ ਇੱਕ ਜਣਾ ਉਤਰ ਕੇ ਮੋਟਰਸਾਈਕਲ 'ਤੇ ਚਲੇ ਗਿਆ, ਇੱਕ ਮੋਟਰਸਾਈਕਲ 'ਤੇ ਲੱਗ ਗਈ ਸੀ ਘਰ ਅਤੇ ਉਹਨੇ ਪੁੱਛਿਆ ਮਾਤਾ ਨੂੰ ਨਾਨੂ ਘਰ ਇਹੀ ਆ, ਉਹਨੂੰ ਵੀ ਕਿਤੇ ਕਹਿ ਤਾ ਵੀ ਘਰ ਇਹੀ ਆ ਅਤੇ ਉਹ ਕਹਿੰਦੇ ਅਸੀਂ ਜਲੰਧਰੋਂ ਆਏ ਹਾਂ, ਉਹਨੂੰ ਮਿਲਣਾ ਕੋਈ ਗੱਲ ਕਰਨੀ ਹੈ। ਬਸ ਇੰਨਾ ਕਰਕੇ ਉਹ ਬਾਹਰ ਲਿਆਇਆ, ਬਾਹਰ ਲਿਆ ਕੇ ਅਤੇ ਪਤਾ ਨਹੀਂ ਉਹ ਕੀ ਹੋਇਆ ਕੀ ਨਹੀਂ, ਇੱਕ ਜਣੇ ਪਿੱਛੋਂ ਪਿੱਛੇ ਸੀਗਾ ਇੱਕ ਮੋਹਰੇ ਸੀਗਾ, ਉਹਨੇ ਇੱਥੇ ਗੋਲੀ ਮਾਰਤੀ, ਬਸ ਉੱਥੇ ਢੇਰੀ ਹੋ ਗਿਆ ਦੌੜ ਗਿਆ। ਹੁਣ ਜਾਂਦੇ ਜਾਂਦੇ ਉਹਦੀ ਮਾਂ ਰੌਲਾ ਪਾਉਣ ਲੱਗੀ ਆ ਅਤੇ ਉਹਦੇ ਖੈਰ ਮਾਰਿਆ, ਉਹਦੇ ਲੱਗਾ ਨਹੀਂ ਕੁਝ ਉੱਥੇ ਅਤੇ ਜਾਨੀ ਨੁਕਸਾਨ ਜਾਨੀ ਉਹ ਡੈੱਡ ਬੋਡੀ ਉੱਥੇ ਡੈੱਡ ਹੋ ਗਿਆ ਅਤੇ ਮਾਤਾ ਕਿੱਦਾਂ ਠੀਕ ਆ? ਮਾਤਾ ਠੀਕ ਆ। ਅਤੇ ਪਤਾ ਲੱਗਾ ਕੋਈ ਕੀ ਹਾਂ ਵੀ ਕਿਸ ਕੌਣ ਸੀਗਾ, ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਜਾਂ ਕੋਈ ਗੱਲਬਾਤ ਸੀਗੀ? ਫੌਜੀ ਕਹਿੰਦੇ ਆ ਤਰਨ ਤਾਰਨ ਏਰੀਏ ਦਾ। ਅੱਛਾ, ਨਹੀਂ ਇਹ ਜਿਹੜਾ ਫੌਜੀ ਹੈਗਾ ਵਾ ਇਹਦੇ ਨਾਲ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੋਈ ਗੱਲਬਾਤ ਸੀਗੀ? ਪਤਾ ਨਹੀਂ, ਹੁਣ ਉਹਦੇ ਮੂੰਹੋਂ ਮੁੰਡੇ ਦੇ ਸੁਣਿਆ ਅਸੀਂ ਤਾਂ ਇਹਨਾਂ ਤੋਂ ਫੌਜੀ ਆ ਅਤੇ ਇਹਨਾਂ ਪੁਰਾਣੀ ਨਹੀਂ ਹੁੰਦਾ ਮੂੰਹ ਬੰਨਿਆ, ਬਟ ਇੰਨੀ ਗੱਲ ਹੋਈ ਜਾਂਦੀ ਉਹਨਾਂ ਗੋਲੀ ਮਾਰਤੀ, ਮੁੜ ਤਾਂ ਕੋਈ ਗੱਲ ਨਹੀਂ ਹੋਈ। ਅਤੇ ਕਿਹੜਾ ਮੋਟਰਸਾਈਕਲ ਸੀ? ਮੋਟਰਸਾਈਕਲ ਮੇਰਾ ਖਿਆਲ ਹੀਰੋ ਹਾਂਡੇ ਵਾਲਿਆਂ ਦਾ, ਹੀਰੋ ਹਾਂਡੇ ਵਾਲਿਆਂ ਦਾ ਲੰਬੀ ਜੀ ਪੂਛ ਹੈ ਉਹਦੀ, ਮਤਲਬ ਮਗਰਾਟ ਪਿਛਲਾ ਤਾਂ ਨੰਬਰ ਪਲੇਟ ਹੈ ਨਹੀਂ ਜੀ। ਅੱਛਾ, ਲਾਲ ਧਾਰੀ ਆ ਅਤੇ ਕਾਲਾ ਮੋਟਰਸਾਈਕਲ ਆ ਅਤੇ ਰਿਮ ਜਿਹੜੇ ਆ ਉਹ ਪੱਤੀਆਂ ਜਿਹੀਆਂ ਵਾਲੇ ਆ ਸੰਘਣੇ। ਉਧਰ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਤੰਦਾਹੁਰਾ ਵਿੱਚ ਸ਼ਾਮ 4 ਵਜੇ ਦੇ ਕਰੀਬ ਇੱਕ ਜਰਨੈਲ ਸਿੰਘ ਨਾਨੂ ਸਨ ਰਾਜਪਾਲ, ਜਿਹੜਾ 37 ਸਾਲ ਦੀ ਉਮਰ ਸੀ ਅਤੇ ਉਹਦੇ ਘਰ ਦੋ ਜਿਹੜੇ ਨੌਜਵਾਨ ਆਏ ਮੋਟਰਸਾਈਕਲ 'ਤੇ ਆਏ, ਉਹਨੇ ਆਣ ਕੇ ਉਹਦੀ ਮਾਤਾ ਨੂੰ ਪੁੱਛਿਆ ਪਿਆ ਸੀ ਭਾਅ ਜੀ ਮਿਲਣਾ ਆ ਅਤੇ ਉਹਨੇ ਅੰਦਰੋਂ ਬੁਲਾਇਆ, ਉਹਨੂੰ ਦੋ ਮਿੰਟ ਗੱਲਬਾਤ ਕੀਤੀ, ਗੱਲਬਾਤ ਕਰਨ ਤੋਂ ਬਾਅਦ ਉਹਨੇ ਉਹਦੇ ਸਿਰ ਦੇ ਵਿੱਚ ਇੱਕ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ, ਜਿਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 123 ਦਰਜ ਕਰਕੇ ਤੁਰਦੀ ਸ਼ਰਮ ਕੀਤੀ ਗਈ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸਾਹਮਣੇ ਕਰ ਲਏ। ਅਤੇ ਸਰ ਮਾਤਾ ਕਿੱਦਾਂ ਠੀਕ ਹੈਗੀ ਆ? ਹਾਂ ਮਾਤਾ ਠੀਕ ਹੈ, ਮਾਤਾ ਵੱਲੋਂ ਫਾਇਰ ਨਹੀਂ ਕੀਤਾ ਪਰ ਮਾਤਾ ਠੀਕ ਹੈ। ਅਤੇ ਸਰ ਆਪਣੇ ਕਿੰਨੇ ਕਾਹਤੇ ਆਏ ਸੀ ਇਹ ਵਿਅਕਤੀ ਜਿਹੜੇ? ਦੋ ਨੌਜਵਾਨ ਸੀਗੇ ਮੋਟਰਸਾਈਕਲ 'ਤੇ ਆਏ। ਅਤੇ ਇਹਨਾਂ ਦੇ ਘਰਦਿਆਂ ਨੇ ਕੁਛ ਦੱਸਿਆ ਕਿ ਕੋਈ ਸ਼ੱਕੀ ਵਿਅਕਤੀ ਹੈ ਜਾਂ ਕਿਸ ਤਰ੍ਹਾਂ ਹੈਗਾ? ਹਾਂ ਉਹਨੂੰ ਦੱਸਿਆ, ਸਾਨੂੰ ਕੋਈ ਨਾਮ ਹੈ ਜੀ ਉਸ ਐਂਗਲ ਤੋਂ ਜਿਹੜੀ ਤਫਤੀਸ਼ ਕਰ ਰਹੇ। ਅਤੇ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਲੱਗਦੀ ਜਾਂ ਕਿਸ ਤਰ੍ਹਾਂ? ਰੰਜਿਸ਼ ਹੈ ਜਿਹੜਾ ਮਾਨ ਵਾਲਾ ਮੁੰਡਾ, ਇਹਦੇ ਖਿਲਾਫ ਵੀ 7-8 ਮੁਕੱਦਮੇ ਪਹਿਲਾਂ ਦਰਜ ਨੇ, ਇਹਨੂੰ ਅਪਰਾਧ ਵੀ ਸੁਧਾਰ ਨਹੀਂ ਹੈ, ਇਹ ਗੈਂਗਮਾਰ ਦਾ ਚੱਲਦੇ ਜਿਹੜਾ। ਮਹਿਤਪੁਰ ਤੋਂ ਰਵੀ ਗਿੱਲ ਦੀ ਰਿਪੋਰਟ, ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।